हेल्थ प्लस परमचारी जैसे तुम लेके चल रहे हैं जखू हॉस्पिटल जो कि फगवाड़ा विखे स्थित है। यह हॉस्पिटल मरीजों के लिए एक वरदान साबित हो रहा है। डॉक्टर हरजिंदर जखू जो कि MD जखू हेल्थ केयर ने जो कि शुगर दिल दी बीमारियों के माहिर ने दूरों दूरों मरीज इतने पहुँचते हैं तो अपना इलाज करवाते हैं। हॉस्पिटल विखे अज के टाइम की हर तरह की मॉडर्न फैसिलिटी मौजूद है। जखू हॉस्पिटल वालों समय समय से फ्री मेडिकल कैंप भी लगाए जाते हैं जिसका मरीज बढ़ चढ़ के लहा लेंगे। साई टीम ने इतने मरीजों ने गलबात की जिन्होंने हॉस्पिटल की बेहद तारीफ की। तो जेकर तुम भी वधिया तरीके का इलाज वो भी वाजिब दामों पर करवाना चाहते हो तो पहुँचो जखू हॉस्पिटल फगवाड़ा। जखू हॉस्पिटल च आके बहुत ही वधिया इलाज मिलता है, की कहना चाहोगे? वधिया ही होंदा इलाज, असीं अज आए हां दवाई लैण। तो पहले भी आते रहते हो, मतलब पूरा जखू जी ना तुहाडा? पहले भी आते सी, इलाज वधिया होंदा सी। ਬੇਟਾ ਕੀ ਕਹਿਣਾ ਚਾਹੋਗੇ? ਜਦੋਂ ਆਏ ਹਾਂ ਇੱਥੇ ਹੋਸਪਿਟਲ ਵਿੱਚ ਸਾਨੂੰ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਹੈਲਪਫੁਲ ਹੈਲਪਫੁਲ ਆ ਮੈਡਮ। ਅਤੇ ਜਿੱਦਾਂ ਵੀ ਸਾਨੂੰ ਕੋਈ ਮਤਲਬ ਕੋਈ ਵੀ ਟ੍ਰੀਟਮੈਂਟ ਆ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਆ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਜਖੂ ਹੋਸਪਿਟਲ ਔਰ ਗੱਲ ਕਰ ਰਹੇ ਹਾਂ ਡਾਕਟਰ ਜਖੂ ਜੀ ਦੇ ਨਾਲ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੇਵਾਵਾਂ ਦਿੱਤੀਆਂ ਮੈਡੀਕਲ ਪ੍ਰੋਫੈਸ਼ਨਸ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਧੰਨਵਾਦ, ਤੁਸੀਂ ਅੱਜ ਸਮਾਂ ਕੱਢ ਕੇ ਆਏ ਹੋ। ਤੁਹਾਡਾ ਤੁਹਾਡੇ ਇਸ ਚੈਨਲ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਇਸ ਪੇਂਡੂ ਏਰੀਏ ਦੇ ਵਿੱਚ, ਪੇਂਡੂ ਏਰੀਆ ਤਾਂ ਨਹੀਂ ਆਪਾਂ ਕਹਾਂਗੇ, ਸ਼ਹਿਰੀ ਏਰੀਏ ਆ, ਲੇਕਿਨ ਜਿਸ ਤਰੀਕੇ ਦੇ ਨਾਲ ਫਗਵਾੜੇ ਤੋਂ ਥੋੜ੍ਹਾ ਜਿਹਾ ਬਾਹਰ ਆਪਾਂ ਇਹ ਸੇਵਾ ਦੇ ਰਹੇ ਹੈਗੇ ਹਾਂ, ਕੀ ਕਹਿਣਾ ਚਾਹੋਗੇ ਕਿ ਇੱਥੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਮਾਡਰਨ ਫੈਸਿਲਿਟੀ ਪੇਸ਼ੈਂਟਸ ਲਈ ਮੌਜੂਦ ਹੈ? ਅਗਰ ਆਪਾਂ ICU ਦੀ ਗੱਲ ਕਰ ਲਈਏ, OT ਦੀ ਗੱਲ ਕਰ ਲਈਏ, ਤਾਂ ਹਰ ਸੁਵਿਧਾ ਨਾਲ ਲੈਸ ਇਹ ਹੋਸਪਿਟਲ ਤੁਸੀਂ ਬਣਾਇਆ ਔਰ ਵਿਜ਼ਿਟਿੰਗ ਡਾਕਟਰ ਬੜੇ ਵਧੀਆ ਵਧੀਆ ਜਿਹੜੇ ਹੈਗੇ ਨਾਲ ਵਿਜਿਟ ਕਰ ਰਹੇ ਨੇ ਔਰ ਤੁਸੀਂ ਰਾਉਂਡ ਦੀ ਕਲੋਕ ਇੱਥੇ ਸੇਵਾ ਦੇ ਰਹੇ ਹੋ। ਸਰ, ਮੇਰਾ ਮਕਸਦ ਇਸ ਹੋਸਪਿਟਲ ਨੂੰ ਸ਼ੁਰੂ ਕਰਨ ਦਾ ਹੈ, ਖਾਸ ਤੌਰ 'ਤੇ ਸੁਸਾਇਟੀ ਦੇ ਉਸ ਤਬਕੇ ਲਈ ਆ ਜਿਹੜੀ ਵੱਡਿਆਂ ਹਸਪਤਾਲਾਂ ਦੇ ਖਰਚਿਆਂ ਤੋਂ ਵਿਚਾਰੇ ਡਰਦੇ ਆ, ਖਰਚੇ ਕਰ ਨਹੀਂ ਸਕਦੇ, ਅਤੇ ਫਿਰ ਉਹ ਮਜਬੂਰੀ ਵੱਸ ਜਿਹੜੇ ਆ ਜਿੱਥੋਂ ਜਿਹੜੀ ਗੋਲੀ ਮਿਲੀ ਉਹ ਲੈ ਕੇ ਖਾ ਲੈਂਦੇ ਆ। ਬਿਮਾਰੀਆਂ ਵੱਧਦੀਆਂ, ਸਫ਼ਰ ਕਰਦੇ ਆ ਔਰ ਸਮਾਂ ਪਾ ਕੇ ਉਹਨਾਂ ਨੂੰ ਫਿਰ ਇਹੋ ਜਿਹੀਆਂ ਬਿਮਾਰੀਆਂ ਉਹਨਾਂ ਦੀਆਂ ਲੱਗਦੀਆਂ, ਇੰਨੇ ਬਿਮਾਰ ਹੁੰਦੇ ਆ, ਉਹਨਾਂ ਦੇ ਪੈਸੇ ਵੀ ਵੱਡੇ ਖਰਚ ਹੁੰਦੇ ਆ ਅਤੇ ਜਾਨ ਵੀ ਨਹੀਂ ਬਚਦੀ। ਮੈਂ ਸੋਚਦਾ ਇਹਨੂੰ ਬੜਾ ਅਫੋਰਡੇਬਲ ਅਸੀਂ ਰੱਖਿਆ ਹੋਇਆ ਕਿ ਪੇਸ਼ੈਂਟ ਆਉਣ ਮੇਰੇ ਕੋਲ, ਸਾਡੇ ਕੋਲ ਦੇਖੋ ਹਾਰਟ ਸਪੈਸ਼ਲਿਸਟ DM ਕਾਰਡੀਓਲੋਜੀ ਡਾਕਟਰ ਸਮੀਤ ਡੇਵਿਡ ਆਉਂਦੇ ਆ, ਸਾਡੇ ਕੋਲ ਹਾਰਟ ਸਪੈਸ਼ਲਿਸਟ ਮੈਡੀਕਲ ਸਪੈਸ਼ਲਿਸਟ ਡਾਕਟਰ ਸੁਮਨ ਆਉਂਦੇ ਆ, ਅੱਛਾ ENT ਸਪੈਸ਼ਲਿਸਟ ਡਾਕਟਰ ਕਮਲ ਕਿਸ਼ੋਰ ਆਉਂਦੇ ਆ, ਸਾਡੇ ਕੋਲ ਔਰਥੋ ਸਪੈਸ਼ਲਿਸਟ ਡਾਕਟਰ ਰਾਜਵਿੰਦਰ ਸਿੰਘ ਆਉਂਦੇ ਆ। ਮਤਲਬ ਸਾਡੀ ਕੋਸ਼ਿਸ਼ ਹੁੰਦੀ ਆ ਕਿ ਪੇਸ਼ੈਂਟ ਨੂੰ ਘੱਟ ਖਰਚੇ 'ਤੇ ਵਧੀਆ ਸੇਵਾਵਾਂ ਮਿਲ ਸਕਣ। ਅਸੀਂ ਜੇ ਸਾਡੇ ਕੋਲ ਇਨਡੋਰ ਪੇਸ਼ੈਂਟ ਵੀ ਆ, ਅਸੀਂ 600 ਰੁਪਈਆ ਬੈੱਡ ਪਰ ਡੇ ਰੱਖਿਆ ਆ। ਅੱਛਾ, ਇਨਡੋਰ ਪੇਸ਼ੈਂਟ ਲਈ ਅਸੀਂ ਕੋਈ ਹੋਰ ਚਾਰਜ ਨਹੀਂ ਲੈਂਦੇ, ਡਾਕਟਰ ਦਾ ਖਰਚਾ 50 ਰੁਪਈਏ ਪਰ ਆ ਰਿਹਾ। ਮਤਲਬ 50 ਰੁਪਈਏ ਡਾਕਟਰ ਦਾ ਸਿਰਫ ਫੀਸ ਹੈ 1 ਘੰਟੇ ਦੀ। ਜੇ ਸਾਡੇ ਕੋਈ 4 ਘੰਟੇ ਪੇਸ਼ੈਂਟ ਰਹਿੰਦਾ ਆ ਤਾਂ ਡਾਕਟਰ ਦਾ ਸਿਰਫ 200 ਰੁਪਈਏ ਬਣਦਾ ਹੈ। ਮਤਲਬ ਅਸੀਂ ਬੜੇ ਤਰੀਕੇ ਦੇ ਨਾਲ ਚੱਲਦੇ ਹਾਂ ਅਤੇ ਸਟਾਫ ਦੀ ਕੇਅਰ ਦਾ 50 ਰੁਪਏ ਲੈਂਦੇ ਹਾਂ। ਇਸ ਤੋਂ ਬਿਨਾਂ ਅਸੀਂ ਇਨਡੋਰ ਪੇਸ਼ੈਂਟ ਨੂੰ ਕੋਈ ਪੈਸਾ ਹੀ ਨਹੀਂ ਪਾਉਂਦੇ। ਦਵਾਈਆਂ ਹੈਗੀਆਂ, ਮੈਡੀਸਨ ਪੇਸ਼ੈਂਟ ਆਪਣੀ ਲੈ ਲੈਂਦਾ, ਟੈਸਟਾਂ ਦੇ ਪੈਸੇ ਦੇ ਦਿੰਦਾ। ਅਸੀਂ ਬੜਾ ਮਤਲਬ ਵਾਜਬ ਰੇਟ 'ਤੇ ਸੇਵਾ ਕਰਨ ਦੀ ਯਤਨ ਕਰ ਰਹੇ ਹਾਂ। ਮੇਰਾ ਇੱਕ ਏਮ ਹੈ, ਪਤਾ ਨਹੀਂ ਵਾਹਿਗੁਰੂ ਪੂਰਾ ਕਰਦਾ ਕਿ ਨਹੀਂ ਕਰਦਾ, ਪਰ ਭਰੋਸਾ ਬੜਾ ਪੂਰਾ ਕਰੇਗਾ। ਮੈਂ ਚਾਹੁੰਦਾ ਕਿ ਇੱਥੇ ਫਗਵਾੜੇ ਦੇ ਵਿੱਚ ਮੰਨ ਲਓ ਅਸੀਂ ਆਪਣੀ ਫੈਮਿਲੀ ਦੀ ਇਨਕਮ ਦੇ, ਮੇਰੇ ਬੱਚੇ ਆ 2 ਡਾਕਟਰ ਬਣ ਰਹੇ ਆ, ਵੱਡਾ ਬੇਟਾ ਅਮਰੀਕਾ ਦੇ ਵਿੱਚ ਜੋਬ ਕਰਦਾ ਆ, ਵੀ ਅਸੀਂ ਫੈਮਿਲੀ ਦੀ ਇਨਕਮ 'ਤੇ ਇੱਥੇ ਘੱਟੋ ਘੱਟ 20 ਬੈੱਡ ਦਾ ਜਿਹੜਾ ਆ ਬਿਰਧ ਆਸ਼ਰਮ ਚਲਾ ਦੇਈਏ ਜਿਹਦੇ 'ਚ ਕੋਈ ਪੈਸਾ ਨਾ ਲੱਗੇ। ਮਤਲਬ ਉਹਨਾਂ ਬਜ਼ੁਰਗਾਂ ਨੂੰ ਲਿਆ ਕੇ ਉੱਥੇ ਰੱਖੀਏ, ਉਹਨਾਂ ਦਾ ਇਲਾਜ ਕਰੀਏ, ਉਹਨਾਂ ਨੂੰ ਮਤਲਬ ਉਹਨਾਂ ਨੂੰ ਸੰਭਾਲੀਏ ਬਸ, ਕਿ ਜਿਨ੍ਹਾਂ ਬਜ਼ੁਰਗਾਂ ਦੇ ਲੜਕੇ ਜਾਂ ਉਹਨਾਂ ਦੀ ਔਲਾਦ ਜਿਹੜੀ ਆ ਉਹਨਾਂ ਨੂੰ ਸੰਭਾਲਣ ਤੋਂ ਮੁਨਕਰ ਹੋ ਜਾਂਦੀ ਆ। ਮੈਂ ਇਹ ਇਸ ਆਈਡੀਆ, ਮੈਂ ਇਹ ਹੋਸਪਿਟਲ ਦੀ ਇਨਕਮ ਦੇ ਵਿੱਚੋਂ ਵੀ ਚਲਾਉਣਾ ਚਾਹੁੰਦਾ, ਪਤਾ ਨਹੀਂ ਸਾਲ ਨੂੰ ਸ਼ੁਰੂ ਹੋਵੇ, ਪਤਾ ਨਹੀਂ 2 ਸਾਲਾਂ ਨੂੰ ਹੋਵੇ, ਬਟ ਸਾਡਾ ਇਹ ਮਤਲਬ ਏਮ ਹੀ ਆ। ਅਤੇ ਮੇਰੇ ਕੋਲ ਹੁਣ ਇੱਦਾਂ ਦੇ ਪੇਸ਼ੈਂਟ ਵੀ ਆ, ਅਸੀਂ ਕੈਂਪ ਲਾਉਂਦੇ ਹਾਂ, ਹਰ ਮਹੀਨੇ ਕੈਂਪ ਲੱਗਦਾ ਆ ਮੇਰੇ ਕੋਲ। ਇੱਕ ਪੇਸ਼ੈਂਟ ਜਿੱਦਾਂ ਦੇ ਆ ਜਾਂਦੇ ਆ, ਜੇ ਉਹ ਪੇਸ਼ੈਂਟ ਆ ਕੇ ਕਹਿੰਦੇ ਆ ਕਿ ਸਾਡਾ ਤਾਂ ਕੋਈ ਸਾਂਭਣ ਵਾਲਾ ਹੀ ਹੈ ਨਹੀਂਗਾ, ਮੈਂ ਇੱਕ ਕਾਰਡ ਬਣਾ ਦਿੰਦਾ ਉਹਨਾਂ ਨੂੰ ਕਿ ਤੁਹਾਡਾ ਕਾਰਡ ਬਣ ਗਿਆ, ਤੁਹਾਨੂੰ ਦਾਖਲ ਕਰਨਾ ਪਵੇ, ਤੁਹਾਡਾ ਮੈਡੀਸਨ ਤੁਸੀਂ ਮੇਰੇ ਤੋਂ 10 ਦਿਨ ਦਾਖਲ ਹੋ, 20 ਦਿਨ ਰਹੋ, ਜਿੰਨੇ ਵੀ ਰਹੋ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ, ਤੁਸੀਂ ਕਦੇ ਵੀ ਆਉਣਾ ਆ ਮੰਨ ਲਓ ਤੁਹਾਨੂੰ ਫ੍ਰੀ 'ਚ ਮੈਡੀਸਨ ਮਿਲਣੀ ਆ। ਅੱਛਾ, ਮੈਂ ਸਵੇਰ ਤੋਂ ਵਹਿੰਦਾ, ਮੈਂ ਸ਼ਾਮ ਤੱਕ ਮੇਰੇ ਕੋਲ OPD ਦੇ 20-25 ਪੇਸ਼ੈਂਟ ਆ ਜਾਂਦੇ ਆ। ਅੱਛਾ, ਸ਼ਾਮ ਨੂੰ ਪੁੱਛਦਾ OPD ਮੇਰੀ 200 ਰੁਪਈਆ ਆ, ਕਿੰਨੇ ਪੈਸੇ ਬਣੇ ਮੈਨੂੰ? ਉਹ ਆ ਕੇ ਲੜਕੀ ਕਦੀ 400 ਬਣਾਉਂਦੀ, ਕਦੀ 600, ਮੈਂ ਕਿਹਾ ਇੰਨੀ ਕੀ ਬਣੀ? ਤਾਂ ਉਹ ਕਹਿੰਦੀ ਆ ਸਰ ਉਹ ਜਿੰਨੇ ਵੀ ਆਉਂਦੇ ਆ ਉਹ ਕਹਿੰਦੇ ਡਾਕਟਰ ਤਾਂ ਸਾਡਾ ਆਪਣਾ ਬੰਦਾ ਆ, ਅਸੀਂ ਫੀਸ ਨਹੀਂ ਦੇਣੀ, ਜਾਂ ਤੁਸੀਂ ਅੰਦਰੋਂ ਕਹਿੰਦੇ ਇਹਨਾਂ ਤੋਂ ਫੀਸ ਨਾ ਲਿਓ, ਇਹਨਾਂ ਤੋਂ ਫੀਸ ਨਾ ਲਿਓ, ਅਤੇ ਇਹ ਤਾਂ ਇੰਨੀ ਕੀ ਬਣਦੇ ਆ। ਮਤਲਬ ਅਸੀਂ ਇਸ ਸੇਵਾ ਦੇ ਭਾਵਨਾ ਨਾਲ ਲੱਗੇ ਹੋਏ ਹਾਂ, ਬਾਕੀ ਤਾਂ ਚਲੋ
जिनी भी मनुखता की सेवा हो जाए वो घट है। लोग बहुत बेचारे गरीब है, लोग बड़े तरसे पे आ, लोग चाहते हैं लोगों की सहूलत की लड़ है। चलो जी बाकी व्डे हस्पताल है उन्होंने अपने खर्चे उन्होंने अपने हिसाब ना कोई सुपर स्पैशल डॉक्टर बैठे आ भी असी थोड़ा छोटा जहा यूनिट होने के बावजूद असी कोशिश करते हैं कि असी बड़िया सेवावान दे सकिए। यही मकसद है डॉक्टर साहब। तुहाडा लंबा एक्सपीरियंस है जिंदगी का मेडिकल साइंस के और पोलीटिकल भी पहला सेवावान कीतियां की कहना चाहोगे कि तुहाडा मन पहले दिन तो ही ऐसा सीगा कि मैं सेवा भाव दे नाल चलना और इस हॉस्पिटल लोग जिदा तुसीं दस ही रहे हो कि चैरिटेबल की तरह भी सोचते हैं भी चैरिटेबल आ और इन हाउस ये ही लैब हैगी मेडिसिन इन हाउस हैगी और हरेक फैसिलिटी बंदे नूं इक्को छत दे थले आ के मिलदी। मैं गर्ग साहब तुहानूं दसदा कि पहलां तों वाली गल दसदा। देखो मेरे को बार उत्थे तुसीं जरूर कैमरा मार के जाओ मेरी एक कविता लिखी जी मैं 1983 लिखी। मैं उस वेले प्री मैडिकल च नकोदर पढ़ता सी ते मैं कविता लिखी वह कहिंदे कॉलेज का मैगजीन छपना मैगजीन चो टॉप ते आई कविता कि साडे वेड़े बचपन की याद साडे वेड़े जद कोई बुढ़ा मंजे दे नाल जुड़ जांदा सी बिन पैसे दे बिना दवाइया प्या प्या ही खुर जांदा सी। इन्नी लिखी सी होर ना वादा हर कोई आके कह जांदा सी साडे वेड़े इंज क्यों हुंदा मैं सोचण लई बह जांदा सी। मैं सोचता सी यार ये साढ़े गरीबों के घर जिदा क्यों होंगे तो जो बड़े समझ आई कि साढ़े को पैसे नहीं होंगे यार पैसे नहीं होंगे साढ़े को दवाई नहीं आती बंदे सह नहीं मिलते बंदा मर जाता है। तो मेरी कोशिश होंगी है भी जो मेरे को आ गया ना जो को पैसे भी है नहीं पैसे की कमी करके दवाई की कमी नहीं आन दूंगा। मैं मान लो इस अकीदे लैके चल रहा बाकी तो चलो परमात्मा वाहिगुरु के हाथ है। मॉडर्न राज्य लोग जोड़े आ प्रिवेंशन वल घट जा रहे हैं जिदा तुसीं प्रिवेंटिव डॉक्टर हो तुहाडे जिहड़े लोग जुड़े आ 20-20 साल दे शुगर उन्हां नूं हैगी आ और 20-20 साल दे वधिया उन्हां ते कोई इफेक्ट नहीं आया गा शुगर दे नाल तुसीं उन्हां नूं गाइड करदे हो डाइट चार्ट दिंदे हो उन्हां नूं गाइड करदे हो वी जंक फूडां तों किवें बचना भाई किवें सैरां करनियां हैगियां की कहना चाहोगे कि तुसीं प्रिवेंटिव मेजर दे उत्ते भी बहुत ज़्यादा एम्फसाइज करदे हो जिहड़ा पेशेंटां दा समझाउंदे हो उहनूं भाई हुण आ जिहड़े खंडा खाणियां सी खा लईआं हुण आपदे आप नूं थोड़ा जिहा कंट्रोल करो घ्यो तो कंट्रोल करो नून तो कंट्रोल करो तुहाडा माइंड जिहड़ा इह हुंदा कि मैं अपने पेशेंट नूं गाइड करके उन्हूं कौंसल करके वधिया तरीके दा इलाज कर सकां। गर्ग साहब बहुत वधिया क्वेश्चन है। मैं तुहाडी जानकारी दसां कि मैं एम ए साइकोलॉजी भी हाँ तो मैं फैमिली काउंसलर भी हाँ तो मैडिकल काउंसलर भी तो मेरी काउंसलिंग लई जिहड़े मेरे को पेशेंट आउंदे आ जिन्हां नूं कोई टेंशन है कोई किद्दां आ कोई फैमिली प्रॉब्लम आ आउंदे आ मैं उन्हां नूं भी सेवावां दिंदा आ तो बहुत वधिया चलता है। प्रिवेंशन तो प्रिवेंशन इज बैटर दैन क्योर प्रिवेंशन इज बैटर दैन क्योर तो जो प्रिवेंटी प्रिवेंशन हो जाएगी तो बीमारी नहीं आएगी सर ठीक है ना। इन्ह गलों की तो लोड़ हैगी जबकि बंदा समझता नहीं बंदा कहता आ लोग कहते आ कि मैं दब के खाना खा ला वर्जित चीज़ा दब के खा ला फास्ट फूड दब के खा ला शाम को पैग भी चार दब के ला ला तो कहते जे शुगर है कोई नहीं जी इंसुलिन वध ला लाँगे। लोग इस सोचते चलते उन्होंने भी समझाईदा भी यार इदा गुजारा नहीं चलना इंसुलिन बद लाई कहीं इंसुलिन ने जवाब दे जाना फिर की करांगे। मतलब मैं बड़ा काउंसलिंग भी करता और उसका फायदा हो रहा मेरे को जिहड़े मेरे को डायबिटीज़ के पेशेंट है शुगर के पेशेंट है वह सारे की शुगर लैवल ओके आ। मतलब मैं टिपिकल उन्होंने कंबीनेशन बना बना लादा शुगर का तो कोई भी पेशेंट कितनी पुरानी शुगर है वो मेरे को आके बड़ी सैटिस्फाइड होंगे है। लोग कहते टाइफाइड चार चार साल नहीं उतरदा मेरे को सैट हो के जाते हैं। दस आप डिप्रैशन की गल कर लीए क्योंकि डिप्रैशन बहुत ज़्यादा वध्या हुआ है वो स्पैशलिस्ट मने जाते हो और जिस तरीके लोगों ट्रंकाइजर के ना ला के बल्कि काउंसलिंग उन्होंने जीवन शैली बदल के उन्होंने खुश रहन की जी तकीद दे के क्योंकि तुम एवें आई वॉज नॉट नोन कि मैं तुम अज डॉक्टर के नाल एक साइकोलॉजिस्ट भी हो गए हैं तो बड़ी खुशी की गल है कि तुम ये सेवा भी इतने दे रहे हो और डिप्रैशन के पेशेंट जोड़े अज डिप्रैशन के लिए जो एक बार डिप्रैशन वाला पेशेंट सकैटरी वाले डॉक्टर को चला गया तो मेरा ख्याल है भी उन्होंने बेचारे बहुत ज़्यादा जी है मेडिसिन खा के मोटापा होर ये वो साइड इफेक्ट और एक पास जो है एक काउंसलर के तौर पर सेवा दे रहे हो। मैं थोनों ये दसदा ये बड़ा डिप्रैशन दुनिया तुरी फिरती है असल में लोगों जो मिल जाता लोग वाल नहीं दसते जो नहीं मिलता वो डिप्रैशन रही ज़्यादातर लोग जो मिल जाता वो खुशी नहीं उन्होंने होंगी वो मिल गया वो साइड पर है जो नहीं मिले वो बारे सोच सोच के डिप्रैस हो जाते हैं
ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਉਹ ਪੇਸ਼ੈਂਟ ਐਸ ਡੀ ਓ ਲੱਗਾ ਹੋਇਆ, ਵਧੀਆ ਘਰ ਆ, ਵਧੀਆ ਗੱਡੀ ਆ, ਬੇਟਾ ਐਮ ਬੀ ਬੀ ਐਸ ਕਰਦਾ ਆ, ਠੀਕ ਹੈ, ਲੜਕੀ ਉਹਦੀ ਬੇਟੀ ਥੋੜ੍ਹੀ ਨਲਾਇਕ ਆ, ਉਹ ਆਰਟਸ ਕਰਨ ਲੱਗ ਗਈ, ਉਹ ਇਸ ਗੱਲ 'ਚ ਡਿਪਰੈਸ਼ਨ ਚਲੇ ਗਿਆ। ਮੈਨੂੰ ਸਮਝਾਇਆ, ਮੇਰੇ ਕੋਲ ਆਏ, ਮੈਂ ਕਿਹਾ ਐਸ ਡੀ ਓ ਸਾਹਿਬ ਤੁਹਾਡੇ ਪਾਪਾ ਕੀ ਕਰਦੇ? ਕਹਿੰਦਾ ਦਿਹਾੜੀਆਂ ਕਰਦੇ। ਮੈਂ ਕਿਹਾ ਤੁਸੀਂ ਕਹਿੰਦੇ ਮੈਂ ਐਸ ਡੀ ਓ ਹਾਂ? ਮੈਂ ਕਿਹਾ ਦੱਸ ਯਾਰ, ਤੁਹਾਨੂੰ ਪਰਮਾਤਮਾ ਨੇ ਵਾਹਿਗੁਰੂ ਨੇ ਇੱਕ ਪੀੜ੍ਹੀ 'ਚ ਤਬਦੀਲੀ ਲਿਆਤੀ, ਅੱਗੇ ਤੁਹਾਡਾ ਬੇਟਾ ਐਮ ਬੀ ਬੀ ਐਸ ਕਰ ਰਿਹਾ ਆ, ਫਿਰ ਡਿਪਰੈਸ਼ਨ ਅੱਗੇ ਤੁਸੀਂ ਖੁਸ਼ੀ ਹੋ ਬਣਾਓ ਨਾ, ਵੀ ਤੁਸੀਂ ਬਹੁਤ ਵੱਡੀ ਤਰੱਕੀ ਕਰ ਲਈ ਹੈ। ਜੇ ਬੇਟੀ ਨਹੀਂ ਕਰਦੀ ਕੋਈ ਗੱਲ ਨਹੀਂ, ਕੱਲ੍ਹ ਨੂੰ ਚੰਗਾ ਮੁੰਡਾ ਦੇਖ ਕੇ ਵਿਆਹ ਦਾਂਗੇ, ਕੀ ਪ੍ਰੋਬਲਮ ਇਹਦੇ ਵਿੱਚ? ਅੱਛਾ, ਉਹ ਚਾਰ ਕੁ ਵਾਰੀ ਆਇਆ, ਪੰਜਵੀਂ ਵਾਰੀ ਆਇਆ ਹੀ ਨਹੀਂ। ਮੈਂ ਫੋਨ ਮਾਰਿਆ, ਐਸ ਡੀ ਓ ਸਾਹਿਬ ਤੁਸੀਂ ਆਏ ਨਹੀਂ? ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਬੜਾ ਠੀਕ ਹਾਂ, ਅਤੇ ਮੈਂ ਸੋਚਿਆ ਹੁਣ ਲੋੜ ਹੀ ਨਹੀਂ ਆਉਣ ਦੀ। ਹਾਂ, ਅਤੇ ਉਹਨਾਂ ਦੀ ਵਾਈਫ ਮੈਨੂੰ ਡੱਬਾ ਦੇ ਕੇ ਗਈ ਮਿਠਾਈ ਦਾ, ਵਿਆਹ ਲਓ ਜੀ ਤੁਸੀਂ ਤਾਂ ਮੇਰੇ ਹਸਬੈਂਡ ਠੀਕ ਕਰਤੇ, 4 ਸਾਲਾਂ ਤੋਂ ਡਿਪਰੈਸ਼ਨ ਸੀ। ਮਤਲਬ ਇੱਦਾਂ ਦਾ ਗੱਲ ਤਾਂ ਸਮਝਣ ਦੀ ਹੈ ਸਰ। ਡਸ ਐਲਰਜੀ ਜਿਹਦੇ ਲਈ ਲੋਕ ਬਹੁਤ ਮੋਟੇ ਮੋਟੇ ਪੈਸੇ ਖਰਚਾਉਂਦੇ ਆ ਔਰ ਮੋਟੀਆਂ ਮੋਟੀਆਂ ਟੈਸਟ, ਲੇਕਿਨ ਡਾਕਟਰ ਜਾਖੂ ਜਿਹੜਾ ਉਹ ਸਪੈਸ਼ਲਿਸਟ ਮੰਨਿਆ ਜਾਂਦਾ ਐਲਰਜੀ ਦਾ, ਕੀ ਕਹਿਣਾ ਚਾਹੋਗੇ ਕਿ ਐਲਰਜੀ ਵਾਲੇ ਪੇਸ਼ੈਂਟ ਤੁਸੀਂ? ਉਹ ਵੀ ਮੇਰਾ ਖਿਆਲ ਦਾ ਵੀ ਤੁਹਾਡੀ ਇਹ ਕੌਂਸਲਿੰਗ ਹੀ ਕੰਮ ਕਰਦੀ ਹੋਊਗੀ ਵਿੱਚ, ਕੀ ਕਹਿਣਾ ਚਾਹੋਗੇ ਕਿ ਐਲਰਜੀ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਤੁਸੀਂ ਠੀਕ ਕਰਕੇ ਔਰ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹੋ? ਦੇਖੋ, ਐਲਰਜੀ ਦਾ ਇਹ ਵੀ ਇਹੋ ਜਿਹਾ ਡਿਜ਼ੀਜ਼ ਆ ਜਿਹੜਾ ਲੰਬਾ ਸਮਾਂ ਚੱਲਦਾ, ਲੰਬਾ ਸਮਾਂ ਚੱਲਦਾ। ਇਹਦੇ ਵਿੱਚ ਖਾਣ ਪੀਣ ਦੀਆਂ, ਕਈ ਵਾਰੀ ਕਿਸੇ ਮੈਡੀਸਨ ਦੀ ਐਲਰਜੀ ਹੁੰਦੀ ਹੈ, ਕਈ ਵਾਰੀ ਕਿਸੇ ਡਾਇਟ ਦਾ ਕਿਸੇ ਉਹਦੀ ਐਲਰਜੀ ਹੁੰਦੀ ਹੈ, ਅਤੇ ਕਈ ਵਾਰੀ ਜੀਨਸ ਵੀ ਇਫੈਕਟ ਕਰਦੇ ਹਨ। ਉਹ ਦੇਖ ਕੇ ਮੈਡੀਸਨ ਦਿੰਦੇ ਆ, ਲੋਕ ਬੜੇ ਖੁਸ਼ ਹੁੰਦੇ ਆ, ਠੀਕ ਆ, ਚੱਲੀ ਜਾਂਦਾ, ਬੜਾ ਵਧੀਆ ਇਹ ਕਰਦੇ। ਡਾਕਟਰ ਸਾਹਿਬ, ਇੱਦਾਂ ਹੀ ਤੁਸੀਂ ਸੇਵਾ ਕਰਦੇ ਰਹੋ, ਕੈਂਪ ਲਗਾਉਂਦੇ ਰਹੋ, ਔਰ ਇਹ ਹੋਸਪਿਟਲ ਭਾਈ ਆਸਥਾ ਦਾ ਕੇਂਦਰ ਆ। ਆਓ ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲੋ ਜ਼ਰੂਰ, ਤੁਸੀਂ ਕੋਈ ਪ੍ਰੋਬਲਮ ਭਗਵਾਨ ਤੁਹਾਨੂੰ ਨਾ ਪਾਵੇ, ਲੇਕਿਨ ਅਗਰ ਕੋਈ ਪ੍ਰੋਬਲਮ ਪੈ ਜਾਂਦੀ ਹੈ ਤਾਂ ਡਾਕਟਰ ਸਾਹਿਬ ਨੂੰ ਇੱਕ ਵਾਰੀ ਮਿਲੋ ਆ ਕੇ। ਡਾਕਟਰ ਸਾਹਿਬ ਵਧੀਆ ਕੌਂਸਲਰ ਵੀ ਨੇ ਔਰ ਇੱਕ ਅੱਛੇ ਇਨਸਾਨ ਵੀ ਨੇ, ਔਰ ਹਰ ਲੋੜਵੰਦ ਦੇ ਜਿਹੜੇ ਸਹਾਇਤਾ ਕਰਦੇ ਨੇ, ਔਰ ਅਮੀਰਾਂ ਦੇ ਨਾਲ ਵੀ, ਇਹ ਨਹੀਂ ਵੀ ਅਮੀਰਾਂ ਦੇ ਜਿਹੜੀ ਆਪਾਂ ਜੇਬਾਂ ਕੱਟ ਲੈਣੀ, ਅਮੀਰਾਂ ਨੂੰ ਵੀ ਵਧੀਆ ਟ੍ਰੀਟਮੈਂਟ ਦਿੰਦੇ ਨੇ ਔਰ ਉਹਨਾਂ ਨਾਲ ਵੀ ਬਹੁਤ ਜਾਇਜ਼ ਪੈਸੇ ਲੈ ਕੇ ਉਹਨਾਂ ਦੀ ਵੀ ਸੇਵਾ ਕਰਦੇ ਨੇ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਇਹ ਸਾਡੇ ਜੱਗੂ ਹੋਸਪਿਟਲ ਦਾ ਸਟਾਫ ਹੈ, ਨਾਈਟ ਸਟਾਫ ਹੈ। ਜੇ ਸਟਾਫ ਵਧੀਆ ਹੋਊਗਾ ਤਾਂ ਹੀ ਫੈਸਿਲਿਟੀ ਸਹੀ, ਪੇਸ਼ੈਂਟ ਦੀ ਕੇਅਰ ਵਧੀਆ ਹੋਊਗੀ। ਇਸ ਕਰਕੇ ਇਹਨਾਂ ਸਟਾਫਾਂ ਕਰਕੇ ਹੀ ਅਸੀਂ ਹੋਸਪਿਟਲ ਵਧੀਆ ਤਰੀਕੇ ਨਾਲ ਚਲਾਉਂਦੇ ਹਾਂ, ਅਤੇ ਬੱਚੇ ਪੇਸ਼ੈਂਟ ਦੀ ਬਹੁਤ ਵਧੀਆ ਕੇਅਰ ਕਰਦੇ ਹਾਂ। ਡਾਕਟਰ ਹਰਜਿੰਦਰ ਜੱਗੂ ਜੀ ਨੇ ਸੀ ਐਮ ਸੀ 'ਚ ਵੀ ਬਹੁਤ ਵੱਡੀ ਸੇਵਾ ਕੀਤੀ ਆ, ਔਰ ਹਮੇਸ਼ਾ ਉਹਨਾਂ ਦੇ ਮਨ 'ਚ ਹੁੰਦਾ ਕਿ ਮੈਂ ਇਲਾਕੇ ਦੇ ਲੋਕਾਂ ਨੂੰ ਬਹੁਤ ਸਸਤੀਆਂ ਸੁਵਿਧਾਵਾਂ ਦੇਵਾਂ। 4 ਤਰੀਕ ਨੂੰ ਉਹਨਾਂ ਨੇ ਕੈਂਪ ਲਾਇਆ ਔਰ ਉਹਨਾਂ ਦਾ ਮਨ ਹੁੰਦਾ ਕਿ ਕੈਂਪ ਨੂੰ ਵੱਧ ਤੋਂ ਵੱਧ ਲਾਵਾਂ ਅਤੇ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਲੋੜਵੰਦਾਂ ਨੂੰ ਫਾਇਦਾ ਪਹੁੰਚਾਵਾਂ ਜਿਨ੍ਹਾਂ ਨੂੰ ਬੜੀ ਪ੍ਰੋਬਲਮ। ਹਾਂਜੀ, ਡਾਕਟਰ ਹਰਜਿੰਦਰ ਸਿੰਘ ਜੱਗੂ ਇਹ ਆਪ ਵੀ ਬਹੁਤ ਸੋਸ਼ਲ ਵਰਕਰ ਹੈ, ਬਹੁਤ ਵਧੀਆ ਤਰੀਕੇ ਨਾਲ ਗਰੀਬ ਪੇਸ਼ੈਂਟ ਦੀ ਸੇਵਾਵਾਂ ਕਰਦੇ ਹੈ, ਅਤੇ ਉਹਨਾਂ ਨੇ ਇੱਕ ਉਹਨਾਂ ਦੇ ਬਚਪਨ ਦੀ ਲਿਖੀ ਹੋਈ ਹੈ ਲਾਈਨਿੰਗ, ਅਤੇ ਇਸ ਕਰਕੇ ਇਸ ਇਹਨਾਂ ਲਾਈਨਾਂ ਨੂੰ ਪੜ੍ਹ ਕੇ ਹੀ ਤੁਸੀਂ ਸੋਚ ਲਓਗੇ ਵੀ ਡਾਕਟਰ ਸਾਹਿਬ ਦੀ ਮੈਂਟਲ ਸਟੇਟਸ ਕੀ ਹੋਊਗਾ, ਔਰ ਗਰੀਬ ਤੋਂ ਗਰੀਬ ਪੇਸ਼ੈਂਟ ਨੂੰ ਵੀ ਕਹਿੰਦੇ ਉਹ ਅਫੋਰਡ ਕਰ ਸਕਣ। ਇਸ ਕਰਕੇ ਸਾਰਾ ਇਲਾਜ ਬਹੁਤ ਸਸਤੇ ਤਰੀਕੇ ਨਾਲ ਕਰਦੇ ਹੈ, ਵੱਧ ਤੋਂ ਵੱਧ ਕੈਂਪ ਲਗਾਉਂਦੇ ਆ, ਵੱਧ ਤੋਂ ਵੱਧ ਪੇਸ਼ੈਂਟ ਲੋਕ, ਗਰੀਬ ਲੋਕ, ਗਰੀਬ ਜਨਤਾ ਉਹ ਫਾਇਦਾ ਲੈ ਸਕਣ ਸਾਡੇ ਹੋਸਪਿਟਲ ਦਾ, ਅਤੇ ਉਹਨਾਂ ਨੂੰ ਜਿਹੜੇ ਲੈਬ ਟੈਸਟ ਆ ਉਹ ਵੀ 50% ਲੈਸ ਕਰਦੇ ਆ, ਦੋ ਮੈਡੀਸਨ ਵੀ ਫ੍ਰੀ ਵਿੱਚ ਦਿੰਦੇ ਆ।